ਕੀ ਨਾਮ ਹੈ ਜੀ ਆਪਣਾ ਮੇਰਾ ਰੂਪ ਸਿੰਘ ਹੈ ਜੀ ਰੂਪ ਸਿੰਘ ਜੀ ਅੱਜ ਤੁਸੀਂ ਡੀਸੀ ਆਫਿਸ ਵਿੱਚ ਇੱਕ ਬੋਤਲ ਲੈ ਕੇ ਆਏ ਹੋ ਜਿਹਦੇ ਵਿੱਚ ਕੋਈ ਪਦਾਰਥ ਪਾਇਆ ਗਿਆ ਹੈ ਕੀ ਕਹੋਗੇ ਹਾਂ ਜੀ ਕਿਹੜੀ ਕੰਪਨੀ ਦੀ ਬੋਤਲ ਕਿੱਥੋਂ ਲਈ ਸੀ ਇਹ ਬੇਰਕਾ ਦੀ ਹੈ ਜੀ ਇਹ ਬੇਰਕਾ ਦੇ ਲਈ ਅਸੀਂ 25 ਰੁਪਏ ਦੀ ਮਿਲਕ ਕੇਕ ਹੈ ਬਦਾਮ ਕਹਿ ਕੇ ਜੀ ਇਹ ਬੱਚੇ ਨੂੰ ਪਏ ਸੀਗੇ ਮਨਦੀਪ ਸਿੰਘ ਨੂੰ ਜੋ ਬੱਚਾ ਤੁਹਾਡੇ ਨਾਲ ਹੈ ਹਾਂ ਜੀ ਹਾਂ ਨਾਲ ਆ ਜੀ ਮੇਰੇ ਹਰਜਿੰਦਰ ਸਿੰਘ ਹੈ ਜੀ ਪਲਵਾਨ ਤੋਂ ਜੀ ਸਰ ਇਹ ਬੱਚਾ ਉੱਥੇ ਸਾਡੇ ਕੋਲ ਸੀ ਵੀ ਦੁਕਾਨ 'ਤੇ ਸੌਦਾ ਪਤਾ ਲੈਣ ਗਏ ਸੀ ਇਹ ਵੀ ਆਏ ਸੀਗੇ ਅਤੇ ਜਦੋਂ ਇਹ ਬੋਤਲ ਪੀ ਰਹੇ ਸੀ ਉੱਥੇ ਮੈਂ ਵੀ ਖੜ੍ਹਾ ਸੀ ਇਹ ਕਹਿੰਦੇ ਵੀ ਆਹ ਦੇਖੋ ਪਤਾ ਨਹੀਂ ਬੋਤਲ ਦੇ ਵਿੱਚੋਂ ਕੀ ਹੈਗਾ ਮੈਂ ਇਹਨਾਂ ਨੂੰ ਉਹਦੀ ਲੈ ਕੇ ਤੁਰੰਤ ਮਖਾ ਵੀ ਪਹਿਲਾਂ ਬੱਚੇ ਨੂੰ ਦਿਖਾਈ ਅਸੀਂ ਦੇਖਿਆ ਇਹਨੂੰ ਵੀ ਠੀਕ ਠਾਕ ਹੈ ਚਲੋ ਅਸੀਂ ਫਿਰ ਅਸੀਂ ਸਰਕਾਰੀ ਹਸਪਤਾਲ ਜਿਹੜੀ ਮਿੰਨੀ PHD ਹੈ ਮੈਂ ਅਸੀਂ ਉੱਥੇ ਲੈ ਕੇ ਆਏ ਉੱਥੋਂ ਲੈ ਕੇ ਫਿਰ ਇਹਨਾਂ ਨੇ ਸਾਨੂੰ ਕਹਿੰਦੇ ਵੀ ਤੁਸੀਂ CM ਸਾਹਿਬ ਦੇ ਸੈਂਪਲ ਦੇ ਕੇ ਆਓ ਜੀ ਅਸੀਂ ਹੁਣ ਉੱਥੇ ਦੇਣ ਆਇਆ ਅਸੀਂ ਅੱਗੇ ਜਾ ਕੇ ਦੇਖਦੇ ਵੀ ਸਾਡੇ ਨਾਲ ਕੀ ਬਣਦਾ ਜੀ ਇਸ ਸੰਬੰਧੀ ਤੁਹਾਡੀ ਕਿਸੇ ਹੋਰ ਅਧਿਕਾਰੀ ਨਾਲ ਗੱਲ ਹੋਈ ਹੈ ਨਹੀਂ ਜੀ ਹੋਰ ਅਧਿਕਾਰੀ ਨਾਲ ਨਹੀਂ ਜੀ ਸਿਰਫ ਸਾਡੀ ਉੱਥੇ ਅਮਰਤ ਦਾ ਹੈ ਜੀ ਇੱਕ ਕੋਈ ਚੰਡੀਗੜ੍ਹ ਗਿਆ ਹੋਇਆ ਇਹਨਾਂ ਦਾ ਕਰਮਚਾਰੀ ਉਹਨਾਂ ਦਾ ਮੋਬਾਈਲ ਨੰਬਰ ਵੀ ਹੈਗਾ ਜੀ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਵੀ ਕਹਿੰਦੇ ਤੁਸੀਂ ਅੱਜ ਚਲੇ ਜਾਓ ਵੀ ਅੱਜ ਚਲੇ ਜਾਓਗੇ ਤਾਂ ਠੀਕ ਹੈ ਨਹੀਂ ਕੱਲ੍ਹ ਤਾਂ ਛੁੱਟੀ ਹੈ ਨਹੀਂ ਪਰਸੋਂ ਨੂੰ ਆਇਆ ਸੀਗਾ ਵੀ ਅੱਜ ਹੀ ਅਸੀਂ ਜਾਵਾਂਗੇ ਦੇਖਿਆ ਜਾਵੇ ਜੀ ਬੋਤਲ ਹੈ ਬੋਤਲ ਨੂੰ ਬੱਚੇ ਨੇ ਪੀਤਾ ਹੈ ਤੇ ਬੋਤਲ ਖੁੱਲੀ ਚੁੱਕੀ ਹੈ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਕਿਸ ਤੇ ਕੋਈ ਕਾਰਵਾਈ ਹੋਊਗੀ ਹੋਣੀ ਚਾਹੀਦੀ ਜੀ ਕੋਈ ਅਸੀਂ ਪਾਗਲ ਥੋੜਾ ਵੀ ਅਸੀਂ ਇਦਾਂ ਹੀ ਆ ਗਏ ਉਤਰ ਕੇ ਜਾਂ ਸਾਡੀ ਕੋਈ ਦੁਸ਼ਮਣੀ ਹੈ ਅਸੀਂ ਦੁਸ਼ਮਣੀ ਕਰਕੇ ਸਰ ਜੇ ਸਾਡੇ ਹਾਂਜੀ ਬੋਤਲ ਦਿਖਾਓਗੇ ਹਾਂਜੀ ਬੋਤਲ ਦਿਖਾਵਾਂਗੇ ਜੀ ਆਹ ਦੇਖੋ ਜੀ ਇਹਦੇ ਵਿੱਚ ਦੇਖੋ ਇਹ ਤਾਂ ਪਾਈ ਵੀ ਨਹੀਂ ਜਾ ਸਕਦੀ ਚਿੰਬੜੀ ਹੋਈ ਹੈ ਮੈਂ ਤਾਂ ਖੇਤੀਬਾੜੀ ਕਰਦਾ ਜੀ ਇਹ ਆਪਣਾ ਟੈਂਪੂ ਚਾਲਕ ਨੇ ਜੀ 3-wheeler ਚਲਾਉਂਦੇ ਨੇ ਅਤੇ ਸਟੂਡਕਾਸਟ ਨੂੰ ਬਿਲੋਂਗ ਕਰਦੇ ਨੇ ਅਤੇ ਅਸੀਂ ਤਾਂ ਇਹਨਾਂ ਦੀ ਮਦਦ ਕਰਨਾ ਵੀ ਇੱਕ ਗਰੀਬ ਪਰਿਵਾਰ ਹੈ ਅਗਰ ਇਹਨਾਂ ਦਾ ਕੋਈ ਭਾਣਾ ਵਾਪਰ ਜਾਂਦਾ ਕੌਣ ਜ਼ਿੰਮੇਵਾਰ ਆ ਸੋ ਮੇਰੀ ਬੇਨਤੀ ਹੈ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਮੇਰਾ ਗੁਰੂ ਗੁਰੂ ਜੀ ਸੈਂਪਲ ਆਇਆ ਹਾਂਜੀ ਆਪਾਂ ਨੂੰ ਇੱਕ ਬੇਰਕਾ ਬੀਓ ਦਾ ਮਿਲਕ ਦੀ ਬੋਤਲ ਦਿੱਤੇ ਗਏ ਨੇ ਵੀ ਉਹ ਕਹਿੰਦੇ ਨੇ ਵੀ ਉਹ ਪੀਣ ਯੋਗ ਨਹੀਂ ਹੈ ਉਹ ਆਪਾਂ ਹੁਣ ਇਹਨਾਂ ਤੋਂ ਲੈ ਕੇ ਕੁਆਲਿਟੀ ਦੇ ਵਿੱਚ ਸੈਂਪਲ ਭੇਜਾਂਗੇ ਲੈਬ ਵਿੱਚ ਫਿਰ ਰਿਪੋਰਟ ਆਏਗੀ ਉਸ ਤੋਂ ਬਾਅਦ ਫਿਰ ਦੱਸ ਸਕਾਂਗੇ ਸਰ ਕਿੰਨੇ ਦਿਨਾਂ ਰਿਪੋਰਟ ਆ ਸਕਦੀ ਲਗਭਗ 15 ਦਿਨਾਂ 'ਚ ਆਏਗੀ 15 ਰਿਪੋਰਟ